ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਗਿਆ ਨੂੰ? ਉਹਨਾਂ ਨੂੰ 8 ਤੋਂ 10 ਦਿਨ ਨਾਲ ਹੋ ਗਏ। ਇਹਨਾਂ ਨੇ ਸਤਿਕਾਰ ਕਮੇਟੀ ਵਾਲੇ ਸਿੰਘ ਪੁੱਜੇ ਆ, ਭਾਈ ਰਣਜੀਤ ਸਿੰਘ ਜੀ ਆਏ ਆ, ਉਹਨਾਂ ਨੇ ਕਿਹਾ ਵੀ ਇੱਥੇ ਮਹਾਰਾਜ ਦਾ ਪ੍ਰਕਾਸ਼ ਹੀ ਨਹੀਂ ਹੋ ਰਿਹਾ ਕਿੰਨੇ ਦਿਨਾਂ ਤੋਂ। ਨਹੀਂ ਜੀ, ਇੱਕ ਦਿਨ ਤਾਂ ਮੈਂ ਕਹਿ ਦੇਣਾ ਜੀ, ਇੱਕ ਦਿਨ ਮੈਂ ਵੀ ਨਹੀਂ, ਮੇਰੇ ਤੋਂ ਲੇਟ ਆਇਆ ਗਿਆ ਤੇ ਇੱਕ ਦਿਨ ਮੈਂ ਜ਼ਰੂਰ। ਤੁਸੀਂ ਅੰਮ੍ਰਿਤ ਛਕਿਆ ਵੀਰ ਜੀ? ਨਹੀਂ ਜੀ, ਮੈਂ ਅੰਮ੍ਰਿਤ ਨਹੀਂ। ਬਾਣੀ ਤੁਹਾਨੂੰ ਯਾਦ ਹੈ? ਕੰਠੇ ਬਾਣੀ? ਹਾਂਜੀ, ਪੰਜਾਂ ਬਾਣੀਆਂ ਦਾ ਮੈਨੂੰ, ਚਲੋ ਜਿੰਨਾ ਚਿਰ ਪਾਠ ਹੁੰਦਾ ਜੀ ਮੈਂ ਕਰਦਾ। ਮਤਲਬ ਨੇਤਰੇ ਤੁਸੀਂ ਕਰਦੇ ਜੇ ਇੱਥੇ? ਹਾਂਜੀ। ਤੇ ਜਿਹੜੇ ਸੈਂਚੀਆਂ ਗੁਰੂ ਸਾਹਿਬ ਦੀਆਂ ਪਈਆਂ ਵਾ, ਉਹਨਾਂ ਦੇ ਅੰਗ ਫਟੇ ਆ, ਉਹ ਤੇ ਦੱਸਦੇ ਵੀ 6-6 ਮਹੀਨਿਆਂ ਤੋਂ ਅੰਗ ਖੁੱਲੇ ਹੀ ਨਹੀਂ ਗੇ, ਜਿਹੜੇ ਸਲਾਬ ਨਾਲ ਜੁੜ ਗਏ ਆ, ਉਹਨਾਂ ਸੰਬੰਧੀ ਕੀ ਕਹਿਣਾ ਚਾਹੁੰਦੇ ਜੀ? ਮੈਂ ਤੁਹਾਨੂੰ ਵੀ ਜੀ ਸਿੱਧੀ ਗੱਲ ਦੱਸਾਂ ਵੀ ਮੈਂ ਇੱਥੇ ਗੁਰਦੁਆਰੇ ਸੇਵਾ ਨਹੀਂ ਕਰਦਾ, ਮੇਰੀ ਮਾਤਾ ਕਰਦੇ ਆ, ਕਿਉਂਕਿ ਮੈਂ ਧਿਆਨ ਹੀ ਨਹੀਂ ਦਿੱਤਾ ਹੈ। ਪਰ ਜੇ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਜੇ ਪਾਠ ਕਰਦੇ ਜੇ, ਫਿਰ ਧਿਆਨ ਦੇਣ ਨਾਲ ਦੇਣ ਵਾਲੀ ਤੇ ਗੱਲ ਹੀ ਕੋਈ ਨਹੀਂ ਵੀਰ ਜੀ। ਉੱਤੋਂ ਚੂਹਾ ਪੈਂਦਾ ਹੋਊਗਾ, ਗੁਰੂ ਸਾਹਿਬ ਦੇ ਅੰਗ ਭੇਜ ਜਾਣਗੇ, ਤੁਸੀਂ ਕਹੋ ਮੈਂ ਧਿਆਨ ਹੀ ਨਹੀਂ ਦਿੰਦਾ, ਇਹ ਗੱਲ ਥੋੜੀ ਰਵਿੰਦਰ ਸਿੰਘ ਜੀ? ਨਹੀਂ ਜੀ, ਉਹ ਤੇ ਗੱਲ ਤਾਂ ਠੀਕ ਹੈ ਸਾਡੀ, ਜਿੱਦਾਂ ਮੈਂ ਕਹੋਗੇ ਤੁਸੀਂ ਮਾਤਾ ਆ ਜਾਂਦੇ, ਜੋ ਕਾਰਵਾਈ ਕਹੋਗੇ ਆਪਾਂ ਮੰਨਣ ਨੂੰ ਤਿਆਰ ਹਾਂ। ਠੀਕ ਹੈ ਜੀ। ਹਾਂਜੀ, ਜਦੋਂ ਅੱਜ ਅਸੀਂ ਇਸ ਪਿੰਡ ਚੱਕ ਦੇ ਵਿੱਚ ਆਏ ਹਾਂ, ਸਭ ਤੋਂ ਪਹਿਲਾਂ ਤਾਂ ਆ ਕੇ ਦੇਖਿਆ ਕਿ ਜਿਵੇਂ ਬਾਹਰਲਾ ਦਰਵਾਜ਼ਾ ਆ ਉਹਨੂੰ ਵੀ ਕੁੰਡਾ ਉਤਰਾ ਹੀ ਲੱਗਾ ਵਾ, ਕੋਈ ਜਿੰਦਰਾ ਨਹੀਂ ਸੀ। ਚਾਰ ਦੀਵਾਰੀ ਉਹ ਵੀ ਬਿਲਕੁਲ ਛੋਟੀ ਆ, ਅਤੇ ਇਸ ਬੋਏ ਨੂੰ ਵੀ ਜਿੱਦਾਂ ਨਿਗਾਹ ਲੱਗਾ ਵਾ, ਕੋਈ ਵੀ ਘਟਨਾ ਕਿਸੇ ਵੇਲੇ ਵੀ ਵਾਪਰ ਸਕਦੀ ਹੈ, ਕਿਉਂਕਿ ਇੱਥੇ ਕੋਈ ਵੀ ਸਿੰਘ ਹਾਜ਼ਰ ਨਹੀਂ ਸੀ। ਉਸ ਤੋਂ ਬਾਅਦ ਇਹ ਜਦੋਂ ਦੇਖਿਆ ਤਾਂ ਅੰਦਰ ਦੇ ਹਾਲਾਤ ਵੇਖੇ ਆ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਾਲਾਤ ਦੇਖੇ ਨਾ ਦੇਖਣ ਯੋਗ ਸੀ, ਕਿਉਂਕਿ ਸਲਾਬ ਇੰਨੀ ਜ਼ਿਆਦਾ ਚੜ੍ਹੀ ਹੋਈ ਅੰਗਾਂ ਨੂੰ ਕਿ ਜਿਹੜਾ ਆ ਹਿਰਦਾ ਵਲੁੰਦਰਾ ਜਾਂਦਾ ਵੇਖਣ ਵਾਲੇ ਦਾ। ਕਿਉਂਕਿ ਬੇਅਦਬੀ ਜ਼ਰੂਰੀ ਨਹੀਂ ਹੈ ਕਿ ਅੰਗ ਪਾੜ ਕੇ ਜਿਹੜੇ ਆਪਾਂ ਉਹਨੂੰ ਵੀ ਬੇਅਦਬੀ, ਬਾਹਰ ਜੋ ਸੁੱਟੇ ਲੋਕਾਂ ਨੇ ਉਹਨੂੰ ਵੀ ਬੇਅਦਬੀ ਸਮਝੀਏ, ਇਹ ਗੁਰੂ ਘਰਾਂ ਦੇ ਵਿੱਚ ਅਸੀਂ ਆਪ ਵੀ ਬੇਅਦਬੀ ਕਰ ਰਹੇ ਹਾਂ, ਕਿਉਂਕਿ ਬਾਅਦ ਦੇ ਵਿੱਚ ਰੌਲਾ ਪਾਉਣ ਨਾਲੋਂ ਪਹਿਲਾਂ ਹੀ ਜਾਗਰੂਕ ਕੀਤਾ ਚੰਗਾ ਆ, ਕਿਉਂਕਿ ਬਾਅਦ 'ਚ ਆਪਾਂ ਤਮਾਸ਼ਬੀਨ ਬਣਾਉਣਾ ਲੋਕਾਂ ਦੇ ਵਿੱਚ ਬੇਅਦਬੀ ਹੋ ਗਈ ਜੀ ਗੁਰੂ ਗ੍ਰੰਥ ਸਾਹਿਬ ਦੀ, ਇੱਥੇ ਕਿਸੇ ਵੇਲੇ ਕੋਈ ਵੀ ਘਟਨਾ ਵਾਪਰ ਸਕਦੀ, ਕਿਉਂਕਿ ਕੋਈ ਪਹਿਰੇ ਦੇ ਨਹੀਂ ਸਿੰਘ, ਨਾ ਕੋਈ ਸੇਵਾ ਦੇ ਆ, ਗ੍ਰੰਥੀ ਸਿੰਘ ਵੀ ਆ ਜਿਹੜਾ ਉਹ ਨਾ ਉਹਨਾਂ ਅੰਮ੍ਰਿਤ ਛਕਿਆ, ਪਹਿਲੀ ਗੱਲ ਤਾਂ ਉਹਦੀ ਕੋਈ ਜ਼ਿੰਮੇਵਾਰੀ ਨਹੀਂ, ਉਹ ਕਹਿੰਦੇ ਆ ਮਾਤਾ ਦੀ ਜ਼ਿੰਮੇਵਾਰੀ ਆ, ਮਾਤਾ ਹਜ਼ੂਰ ਸਾਹਿਬ ਗਿਆ ਪ੍ਰਬੰਧ ਛੱਡ ਕੇ, ਜਦੋਂ ਸਾਡੇ ਤੋਂ ਪ੍ਰਬੰਧ ਸਾਂਭ ਹੀ ਨਹੀਂ ਜਾਂਦੇ ਤਾਂ ਅਸੀਂ ਗੁਰੂ ਘਰ ਕਿਉਂ ਬਣਾਉਣੇ ਆ ਵੱਖਰੇ? ਗੁਰੂ ਘਰ ਤਾਂ ਇੱਕ ਬਣਿਆ ਪਿੰਡ ਦੇ ਵਿੱਚ, ਬਹੁਤ ਸੋਹਣਾ ਦਰਬਾਰ ਹੈ, ਉੱਥੇ ਸੇਵਾ ਨਿਭਾਈਏ ਜਾ ਕੇ। ਅਸੀਂ ਪੈ ਗਏ ਚੌਧਰਾਂ ਦੇ ਵਿੱਚ ਜਿੰਨਾ ਚਿਰ, ਕਿਉਂਕਿ ਇੱਥੇ ਪ੍ਰਧਾਨਗੀ ਦਾ ਚੀਜ਼ਾਂ ਇਹ ਕੱਢ ਦੇਣੀਆਂ ਚਾਹੀਦੀਆਂ, ਸੇਵਾ ਵਜੋਂ ਸੇਵਾਦਾਰ ਬਣ ਕੇ ਦਰ ਦੇ ਕੁੱਕਰ ਬਣੀਏ ਅਤੇ ਤਾਂ ਸੇਵਾ ਨਿਭਾ ਸਕਦੇ ਹਾਂ, ਜਿਹੜੀ ਆ ਇਸ ਤਰ੍ਹਾਂ ਜਿਹੜੀਆਂ ਘਟਨਾਵਾਂ ਹੁੰਦੀਆਂ ਰੋਕ ਸਕੀਏ। ਇਹਨੇ ਕੁ ਬੇਨਤੀ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਸਭ ਤੋਂ ਪਹਿਲਾਂ ਛੋਟੀਆਂ ਪੋਥੀਆਂ ਦੀ ਜਿਹੜੀ ਮੰਨ ਲਓ ਹਾਲਤ ਆ, ਇਹਨਾਂ ਨੇ ਬਹੁਤ ਮਾੜੀ ਕੀਤੀ, ਨਾ ਤਾਂ ਇਹਨਾਂ ਨੇ ਸਾਂਭ ਸੰਭਾਲ ਕੀਤੀ, ਨਾ ਵੀ ਉੱਤੇ ਮੰਨ ਲਓ ਰਮਾਲਾ ਸਾਹਿਬ ਹੈਗਾ ਹੈ, ਅਤੇ ਜਿਹੜੇ ਮੰਨ ਲਓ ਆਂਗੇ ਪਤਾ ਨਹੀਂ 6 ਮਹੀਨੇ ਹੋ ਗਏ ਕਿ ਸਾਲ ਉਹ ਬੱਜੀਆਂ ਉਂਝ ਹੀ ਪਈਆਂ, ਉੱਲੀ ਲੱਗੀ ਪਈ ਸਾਰੀ, ਤੁਸੀਂ ਵੀਡੀਓ ਵਿੱਚ ਕਵਰ ਕੀਤੀ ਇਹਦੀ। ਦੂਸਰਾ ਮਹਾਰਾਜ ਦਾ ਪ੍ਰਕਾਸ਼ ਆ, ਉਹ ਵੀ ਕੋਈ ਸੰਗਤਾਂ ਵੱਲੋਂ ਕਹਿ ਰਿਹਾ, ਕੋਈ ਕਹਿੰਦਾ ਕਿ 8 ਦਿਨ, ਕੋਈ ਕਹਿੰਦਾ ਮਹੀਨਾ, ਕੋਈ 20 ਦਿਨ ਤੋਂ ਇਵੇਂ ਕਹਿ ਰਿਹਾ। ਪਰ ਜਿਹੜਾ ਪਹਿਲੀ ਗੱਲ ਮੇਨ ਗੱਲ ਗ੍ਰੰਥੀ ਸਿੰਘ ਦੀ ਹੁੰਦੀ, ਗ੍ਰੰਥੀ ਸਿੰਘ ਨੇ ਪਹਿਲੀ ਗੱਲ 'ਤੇ ਅੰਮ੍ਰਿਤ ਨਹੀਂ ਛਕਿਆ, ਦੂਸਰੀ ਗੱਲ ਉਹਨੂੰ ਮੰਨ ਲਓ ਬਾਣੀ ਕੰਠਣੀ ਆ, ਕਦੀ ਕਹਿੰਦਾ ਮੈਂ ਦਮਦਮੀ ਟਕਸਾਲ ਤੋਂ ਸੰਥਿਆ ਲਈ ਆ, ਕਦੀ ਕਿਤੇਓਂ, ਕਦੀ ਕਹਿੰਦਾ ਮੈਂ ਗੱਡੀ ਚਲਾਉਣਾ, ਉਹ ਕੀ ਉਹ ਫਾਰਮੈਲਿਟੀ ਪੂਰੀ ਕਰਦਾ ਆਪਣੀ। ਉਹਦੀ ਮਾਤਾ ਨੇ ਇੱਥੋਂ ਸੇਵਾ ਕਰਦੀ ਆ, ਉਹਦੀ ਮਾਤਾ ਹਜ਼ੂਰ ਸਾਹਿਬ ਗਈ ਆ ਕਿ ਅਨੰਦਪੁਰ ਸਾਹਿਬ ਗਈ ਆ, ਉਹਨੇ ਉਹਦੀ ਮਾਤਾ ਨੇ ਉਹਨੂੰ ਕਹਿ ਤਾ ਕਿ ਤੂੰ ਆਪਣੀ ਫਾਰਮੈਲਿਟੀ ਪੂਰੀ ਕਰੀ ਜਾ, ਅਤੇ ਮੈਂ ਉੱਥੋਂ ਹੋ ਗਿਆ ਆਏ ਨਹੀਂ ਦਰਸ਼ਨ ਦਿਦਾਰੇ ਕਰਕੇ, ਚਲੋ ਆਪਣੇ ਦੁਕਾਨਦਾਰੀ ਚੱਲੀ ਜਾਊਗੀ। ਇਹ ਕਿੰਨੇ ਚਿਰ ਤੋਂ ਨਹੀਂ ਤੁਸੀਂ ਪ੍ਰਕਾਸ਼ ਸਮਝਦੇ ਹੋਇਆ ਵੀ? ਇਹ ਤਾਂ ਸਾਨੂੰ ਵੇਖਣ ਦੇ ਹਿਸਾਬ ਨਾਲ ਮੇਰੇ ਤਾਂ ਮਹੀਨਾ ਹੋ ਗਿਆ ਇਹਨੂੰ ਪ੍ਰਕਾਸ਼ ਹੋਏ ਨੂੰ, ਅਤੇ 6-7 ਮਹੀਨੇ ਜਿਹੜੀਆਂ ਪੋਥੀਆਂ ਇਹ ਮੰਨ ਲਓ ਪੱਕੀਆਂ ਪਈਆਂ, ਕਿਉਂਕਿ ਜਿਹੜੀ ਮੰਨ ਲਓ ਹੁਣ ਆਪਾਂ ਘਰੇ ਰੋਟੀ ਪਕਾਉਂਦੇ ਹਾਂ, ਰੋਟੀ ਇੱਕ ਦਿਨ ਰੱਖਦੇ, 2 ਦਿਨ ਰੱਖਦੇ, ਉਹ ਸੁੱਕਦੀ ਉਹਨੂੰ 15-20 ਦਿਨ ਹੀ ਜਾ ਕੇ ਉੱਲੀ ਲੱਗਦੀ ਹੈ ਨਾ, ਖਰਾਬ ਹੁੰਦੀ ਮੁਸ਼ਕ ਆਉਂਦਾ ਵਿੱਚੋਂ। ਇਹ ਤਾਂ ਪਤਾ ਨਹੀਂ 6 ਮਹੀਨੇ ਹੋ ਗਏ, 7 ਮਹੀਨੇ ਹੋ ਗਏ ਕਿ ਕਦੋਂ ਦੀ ਇਹਨੇ ਮੰਨ ਲਓ ਇੱਥੇ ਪਈਆਂ, ਇਹਨਾਂ ਨਾਲ ਉੱਤੋਂ ਖੋਲ੍ਹ ਕੇ ਨਹੀਂ ਵੇਖੀਆਂ, ਉੱਤੋਂ ਜਿਹੜਾ ਮੰਨ ਲਓ ਪ੍ਰਕਾਸ਼ ਮਹਾਰਾਜ ਦਾ ਇੱਕ ਸਰੂਪ ਆਉਂਦਾ ਹੈ, ਉੱਥੇ ਪਤਾ ਨਹੀਂ 10 ਮਿੰਟ ਮੰਨ ਲਓ ਪ੍ਰਕਾਸ਼ ਉੱਥੇ ਕਰਦੇ ਬਾਣੀ ਕਰਦੇ ਕਿ ਨਹੀਂ ਕਰਦੇ, ਉਹ ਵੇਖਣ ਦੇ ਮੁਤਾਬਕ ਸਾਰੇ ਮੰਨ ਲਓ ਆਂਗੇ ਬਿਰਧ ਹੋਏ ਪਏ ਨੇ, ਮਹਾਰਾਜ ਦਾ ਪ੍ਰਕਾਸ਼ ਬਿਲਕੁਲ ਹੀ ਬਿਰਧ ਹੋਇਆ ਪਿਆ, ਨਾ ਸੇਵਾ ਇਹਨਾਂ ਤੋਂ ਸਾਂਭ ਸੰਭਾਲੀ, ਇਹਨਾਂ ਨੂੰ ਪਤਾ ਵੀ ਕਿੱਦਾਂ ਕਰਨੀ ਕਿੱਦਾਂ ਨਹੀਂ, ਨਾ ਇੱਥੇ ਪਾਣੀ ਦੀ ਵਿਵਸਥਾ ਹੈਗੀ ਵੀ ਹੱਥ ਸੁੱਚੇ ਕਰਕੇ ਪੈਰ ਸੁੱਚੇ ਕਰਕੇ ਅੰਦਰ ਆ ਸਕੀਏ। ਕਿਹੋ ਜਿਹੀ ਮੰਗ ਕਰਦੇ ਭਾਈ ਜਗਰਾਜ ਸਿੰਘ ਜੀ? ਵੇਖੋ ਜੀ, ਇਹ ਜਿਹੜਾ ਮਹਾਰਾਜ ਦਾ ਸਰੂਪ ਹੈ, ਨਰਾਦਰ ਬਹੁਤ ਜ਼ਿਆਦਾ ਹੋਇਆ, ਬੇਅਦਬੀ ਬਹੁਤ ਜ਼ਿਆਦਾ ਆ, ਅਤੇ ਇਹ ਜਿਹੜਾ ਅਸੀਂ ਮੰਨ ਲਓ ਸੰਗਤਾਂ ਦੇ ਸਹਿਯੋਗ ਦੇ ਨਾਲ, ਜਥੇਬੰਦੀ ਦੇ ਸਹਿਯੋਗ ਦੇ ਨਾਲ, ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਵੱਡੇ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ, ਉੱਥੇ ਪ੍ਰਕਾਸ਼ ਕਰ ਦਾਂਗੇ, ਫਿਰ ਬਾਅਦ ਦੇ ਵਿੱਚ ਜੋ ਨਗਰ ਵੱਲੋਂ ਸਹਿਮਤੀ ਹੋਊਗੀ ਦੋਵਾਂ ਚੌਵਾਂ ਦਿਨਾਂ ਦੇ ਵਿੱਚ, ਜੇ ਕੋਈ ਸੇਵਾ ਕਰੂਗਾ ਗ੍ਰੰਥੀ ਸਿੰਘ ਇੱਥੇ ਕੋਈ ਬਾਣੀ ਕੰਠ ਵਾਲਾ ਆਊਗਾ, ਤਾਂ ਉਹਨੂੰ ਮਹਾਰਾਜ ਦੇ ਪ੍ਰਕਾਸ਼ ਦੀ ਸੇਵਾ ਦਿੱਤੀ ਜਾਊਗੀ, ਨਹੀਂ ਤਾਂ ਫਿਰ ਮੰਨ ਲਓ ਇਹ ਜਿਹੜੇ ਲੋਕ ਕਰਕੇ ਜਾਵਾਂਗੇ ਇੱਥੋਂ। ਠੀਕ ਹੈ ਜੀ, ਧੰਨਵਾਦ। ਵਾਹਿਗੁਰੂ ਜੀ, ਅੱਜ ਜਦੋਂ ਅਸੀਂ
ਨਾਂ ਦੇ ਕਰਾਉਂਦੇ ਆ ਸੇਵਾ, ਪਰ ਉਹ ਕੁਝ ਦਿਨਾਂ ਤੋਂ ਉੱਥੇ ਕਿਤੇ ਉਹ ਗਏ ਹੋਲਾ ਮਹੱਲਾ ਸਾਹਿਬ ਦੀ, ਅਤੇ ਬਾਅਦ 'ਚ ਇੱਥੇ ਇਹ ਹੋਇਆ ਕਿ ਉਹ ਜਿੰਨੇ ਦਿਨ ਹੋ ਗਏ ਉਦੋਂ ਬਾਅਦ ਬੜੇ ਦਿਨ 15 ਦਿਨ ਪਹਿਲਾਂ ਵੀ ਕੁਝ ਨਗਰ ਵੱਲੋਂ ਪਤਾ ਲੱਗਾ ਹੈ ਕਿ 15 ਦਿਨ 20 ਦਿਨ ਪ੍ਰਕਾਸ਼ ਨਹੀਂ ਹੋ ਰਿਹਾ, ਅਤੇ ਜਦੋਂ ਅਸੀਂ ਇੱਥੇ ਪਹੁੰਚੇ ਪ੍ਰਕਾਸ਼ ਦੀ ਤਾਂ ਗੱਲ ਵੱਖਰੀ ਰਹੀ ਹੈ। ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਅੰਗ ਫਟੇ ਹੋਏ ਨੇ, ਅਤੇ ਜਿਹੜਾ ਵੀਰ ਇੱਥੇ ਸੇਵਾ ਨਿਭਾ ਰਿਹਾ ਉਹਨੂੰ ਗੁਰਬਾਣੀ ਵੀ ਬਿਲਕੁਲ ਨਹੀਂ ਆਉਂਦੀ, ਅਤੇ ਉਹਨਾਂ ਨੇ ਆਪਦੇ ਮੂੰਹ ਵੀ ਕਿਹਾ ਕਿ ਬਿਲਕੁਲ ਉਹ ਪ੍ਰਕਾਸ਼ ਨਹੀਂ ਹੋਏ ਕਈ ਦਿਨ। ਅਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਇੱਥੇ ਪਹੁੰਚੀਆਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼, ਉਹਨੇ ਵੇਖਿਆ ਤਾਂ ਉਹ ਤੁਹਾਡੇ ਸਾਹਮਣੇ ਵੇਖਿਆ ਗਿਆ ਵੀ ਅੰਗ ਫਟੇ ਹੋਏ ਆ, ਜਾਣੀ ਕਿ ਮਰਿਆਦਾ ਤਾਂ ਬਿਲਕੁਲ ਹੀ ਹੈ ਨਹੀਂ ਨਾ ਇੱਥੇ। ਅਤੇ ਜੋ ਅੱਜ ਜੋ ਇੱਥੇ ਖਾਲੜਾ ਤੋਂ ਮੁਲਾਜ਼ਮ ਪਹੁੰਚੇ ਆ ਅਤੇ ਸਾਡੀ ਨਗਰ ਨਾਲ ਚੱਲ ਰਹੀ ਆ ਗੱਲਬਾਤ, ਇਹ ਤੋਂ ਬਾਅਦ ਇੱਥੋਂ ਲਿਖਤ ਪੜ੍ਹ ਕਰਕੇ ਅਤੇ ਗੁਰੂ ਸਾਹਿਬ ਜੀ ਜਿਹੜੇ ਆ ਨਾ ਉਹ ਵਾਰ ਵਾਰ ਵੱਡੇ ਗੁਰਦੁਆਰਾ ਸਾਹਿਬ ਆ ਉੱਥੇ ਪਹੁੰਚਾ ਕੇ ਬਾਅਦ 'ਚ ਜਿਸ ਤਰ੍ਹਾਂ ਵੀ ਨਗਰ ਦੀ ਸੰਗਤ ਫੈਸਲਾ ਲਊਗੀ ਉਦੋਂ ਬਾਅਦ ਇੱਥੇ ਸੇਵਾ ਸੰਭਾਲ ਦਾ ਕਰਾਂਗੇ। ਜਾਣੀ ਕਿ ਅਜੇ ਤੱਕ ਇੱਥੇ ਕੋਈ ਸੇਵਾ ਸੰਭਾਲ ਨਹੀਂ, ਅਤੇ ਸਾਰਾ ਕੋਠਾ ਵੀ ਉੱਥੋਂ ਕਮਰਾ ਵੀ ਚੋਂਦਾ, ਅਤੇ ਜੋ ਬਹੁਤ ਸਲਾਬ ਆ ਅਤੇ ਸਾਰੇ ਗੁਰੂ ਸਾਹਿਬ ਦੇ ਅੰਗ ਜਿਹੜੇ ਸਲਾਬੇ ਹੋਏ ਆ ਅਤੇ ਫਟੇ ਹੋਏ ਵੀ ਆ। ਭਾਈ ਰਣਜੀਤ ਸਿੰਘ ਜੀ, ਜਿੱਦਾਂ ਛੋਟੀਆਂ ਸੰਚੀਆਂ ਪਾਠ ਕਰਨ ਵਾਲੀਆਂ ਉਹਨਾਂ ਦੇ ਅੰਗ ਫਟੇ ਆ, ਹੁਣ ਇੱਥੋਂ ਮਤਾ ਪਾ ਕੇ ਉਹ ਜਿਹੜਾ ਦੂਜੇ ਗੁਰਦੁਆਰਾ ਸਾਹਿਬ ਲੈ ਕੇ ਜਾਓਗੇ? ਹਾਂਜੀ ਹਾਂਜੀ, ਇੱਥੋਂ ਮਤਾ ਪਾ ਕੇ ਸੰਗਤ ਦੇ ਵਿੱਚ ਫੈਸਲਾ ਲੈ ਕੇ ਲਿਖਤੀ ਕਰਕੇ ਇਹ ਜਿਹੜੇ ਗੁਰੂ ਸਾਹਿਬ ਦੇ ਅੰਗ ਆ ਜੇ ਜਿਹੜੀਆਂ ਫਟੀਆਂ ਪੋਥੀਆਂ ਉਹ ਸੰਗਤ ਦੇ ਲੈ ਕੇ ਬਾਅਦ ਦੇ ਵਿੱਚ ਉੱਥੋਂ ਗੁਰਦੁਆਰਾ ਸਾਹਿਬ ਤੋਂ ਅਤੇ ਉਹ ਗੁਰਦੁਆਰਾ ਸਾਹਿਬ ਵੀ ਪਹੁੰਚਾਈਆਂ ਜਾਣਗੀਆਂ। ਅੱਛਾ, ਬਾਅਦ ਵਿੱਚ ਗੁਰਦੁਆਰਾ ਸਾਹਿਬ ਪਹੁੰਚਾਈਆਂ ਜਾਣਗੀਆਂ? ਹਾਂਜੀ ਹਾਂਜੀ, ਸਾਡੀ ਸੰਸਥਾ ਅਤੇ ਜਿਹੜੇ ਸਰੂਪ ਨੇ ਮਹਾਰਾਜ ਦੇ ਉਹਦੇ ਵਿੱਚ ਵੀ ਤੁਸੀਂ ਦੱਸਿਆ ਵੀ ਅੰਗ ਫਟੇ? ਹਾਂਜੀ ਹਾਂਜੀ, ਉਹ ਸਾਡੀ ਆਪਣੀ ਵੀ ਸੰਸਥਾ ਦੇ ਸਿੰਘ ਹੈਗੇ ਜਿਹੜੇ ਉਹ ਸਾਰਾ ਕੁਝ ਨਵੀਆਂ ਜਲਤਾਂ ਵੀ ਕਰ ਦਿੰਦੇ, ਅੰਗ ਵੀ ਵਧੀਆ ਕਰ ਦਿੰਦੇ। ਉਹ ਜੇ ਸੰਗਤ ਦਾ ਇੱਥੋਂ ਨਗਰ ਦੀ ਵੀ ਕਹੂਗੀ ਅਤੇ ਉਸ ਤਰੀਕੇ ਅਸੀਂ ਕਰਾਂਗੇ। ਤੁਸੀਂ ਕੀ ਮੰਗ ਕਰਦੇ ਜੇ ਜਿੱਦਾਂ ਇਹੋ ਜਿਹੜੇ ਗ੍ਰੰਥੀ ਸਿੰਘ ਹੈ ਜਾਂ ਗੁਰਦੁਆਰਿਆਂ ਦੇ ਵਿੱਚ ਸੇਵਾ ਕਰਦੇ ਆ ਜਿਹੜੇ ਸਾਂਭ ਸੰਭਾਲ ਨਹੀਂ ਕਰਦੇ ਉਹਨਾਂ ਸੰਬੰਧੀ ਕੀ ਕਹਿਣਾ ਚਾਹੁੰਦੇ? ਵੇਖੋ ਜੀ, ਹੁਣ ਅਸੀਂ ਤਾਂ ਉਹਨਾਂ ਦੇ ਧੰਨਵਾਦ ਜਾਂਦੇ ਹਾਂ ਪਹਿਲਾਂ, ਜਿਹੜਾ ਕੋਈ ਨਗਰ ਦੇ ਵਿੱਚੋਂ ਐਸਾ ਸਿੰਘ ਸੱਚ ਦਾ ਉੱਠਦਾ ਹੈ ਅਤੇ ਜਿਹੜਾ ਸਾਨੂੰ ਦੱਸਦਾ ਹੈ ਅਤੇ ਵੇਖੋ ਨਗਰ ਕਿੰਨਾ ਹੈ, ਪੰਚਾਇਤਾਂ ਕਿੰਨੀਆਂ ਹੈ, ਮੁਖੀ ਕਿੰਨੇ ਨੇ, ਪਰ ਕਿਸੇ ਨੇ ਵੀ ਇੰਨਾ ਨਿਰਾਦਰ ਹੋ ਰਿਹਾ ਅਤੇ ਕਿਸੇ ਨੇ ਨਹੀਂ ਸਾਨੂੰ ਦੱਸਿਆ। ਵੇਖੋ ਗੁਰੂ ਸਾਹਿਬ ਦਾ ਇੱਕ ਦਿਨ ਪ੍ਰਕਾਸ਼ ਨਹੀਂ ਹੋ ਰਿਹਾ, ਇੱਕ ਦਿਨ ਨਹੀਂ ਪ੍ਰਕਾਸ਼ ਹੁੰਦਾ ਅਤੇ ਕਿੰਨਾ ਸਾਨੂੰ ਪਤਾ ਕਿੰਨੇ ਕਿੱਥੋਂ ਤੱਕ ਦੀ ਗੱਲ ਹੈ ਅਤੇ ਬੇਅਬਦੀ ਦਾ ਮਸਲਾ ਹੈ, ਪਰ ਇਹਨਾਂ ਸੰਗਤਾਂ ਨੇ ਹੁਣ ਜੋ ਸਾਡੇ ਸਾਹਮਣੇ ਬਿਲਕੁਲ ਬਹੁਤ ਜ਼ਿਆਦਾ ਸੰਗਤ ਦੱਸ ਰਹੀ ਹੈ ਕਿ ਇੱਥੇ ਨਹੀਂ ਹੋ ਰਿਹਾ, ਪਰ ਜਿਹੜੀ ਉਹ ਬੀਬੀ ਆ ਉਹ ਆਪਣੇ ਸਿਰਫ ਕਾਬਜ਼ ਰੱਖਣ ਦੇ ਕਾਰਨ ਉਹ ਕਿਸੇ ਨੂੰ ਇੱਥੇ ਸੇਵਾ ਵੀ ਨਹੀਂ ਹੋਣ ਦੇ ਕਰਨ ਦਿੰਦੀ। ਠੀਕ ਹੈ, ਅਤੇ ਤੁਸੀਂ ਜਿਹੜਾ ਹੁਣ ਜਿਹੜੇ ਤੁਸੀਂ ਦੱਸਿਆ ਵੀ ਗੁਰਦੁਆਰਾ ਸਾਹਿਬ ਮਤਾ ਪਾ ਕੇ ਇਹ ਜਿਹੜਾ ਗੁਰਦੁਆਰਾ ਵੱਡੇ ਗੁਰਦੁਆਰਾ ਸਾਹਿਬ ਪਹੁੰਚਾਏ ਜਾਣਗੇ? ਹਾਂਜੀ ਹਾਂਜੀ, ਇਹ ਮਤਾ ਪਾ ਕੇ ਸੰਗਤ ਦੇ ਵਿੱਚ ਲੈ ਕੇ ਇਹ ਵੱਡਾ ਪਾ ਕੇ ਅਤੇ ਫਿਰ ਉੱਥੇ ਪਹੁੰਚਾਏ ਜਾਣਗੇ। ਠੀਕ ਹੈ ਜੀ।